ਤੇ ਕੀ ਬੋਲਣਾ ਜੱਜ ਸਾਹਿਬ, ਘਰਾੜੇ ਮਾਰ ਮਾਰ ਮੇਰਾ ਜੀਣਾ ਹਰਾਮ ਕੀਤਾ ਪਿਆ। ਹੁਣ ਤਾਂ ਮੈਨੂੰ ਇਹ ਨਹੀਂ ਪਤਾ ਕਿ ਚੈਨ ਦੀ ਨੀਂਦਰ ਮੈਂ ਕਦੋਂ ਸੁੱਤੀ ਸੀ। ਕੰਨਾਂ 'ਚ ਰੂਪ ਆਇਆ, ਪੱਟੀਆਂ ਬੰਨੀਆਂ, ਸਭ ਫੇਲ ਹੋ ਗਿਆ। ਇੰਨੀ ਉੱਚੀ ਆਵਾਜ਼ ਆਉਂਦੀ ਜੱਜ ਸਾਹਿਬ, ਮੇਰੇ ਘਰ 'ਚ ਤਾਂ ਡੰਗਰ ਵੀ ਸੌਂ ਨਹੀਂ ਪਾਉਂਦੇ। ਹਰ ਹੱਦ ਪਾਰ ਹੋ ਗਈ, ਮੇਰਾ ਇਸ ਤੋਂ ਪਿੱਛਾ ਛੁੜਾ ਜੱਜ ਸਾਹਿਬ। ਤੁਹਾਡੀ ਵੀ ਕੋਈ ਪ੍ਰੋਬਲਮ ਸੀ? ਹੁਣ ਬੋਲ, ਬੋਲਦਾ ਕਿਉਂ ਨਹੀਂ? ਤੂੰ ਬੋਲਣ ਜੋਗਾ ਛੱਡਿਆ ਹੀ ਨਹੀਂ ਮੋਟੋ, ਤੇਰੀਆਂ ਕਰਤੂਤਾਂ ਕਰਕੇ ਕਚਹਿਰੀਆਂ ਜਾ ਗਏ। ਜੱਜ ਸਾਹਿਬ, ਮੇਰੀ ਪ੍ਰੋਬਲਮ ਇਹਦੀ ਪ੍ਰੋਬਲਮ ਨਾਲੋਂ ਜ਼ਿਆਦਾ ਵੱਡੀ ਆ। ਮੈਂ ਤੁਹਾਨੂੰ ਦੱਸਦਾ ਜੱਜ ਸਾਹਿਬ, ਇਹ ਸਾਰੀ ਸਾਰੀ ਰਾਤ ਗੈਸ ਛੱਡਦੀ ਆ ਜੱਜ ਸਾਹਿਬ। ਮੈਂ ਹਜ਼ਾਰਾਂ ਦੇ ਇੱਧਰ ਬੈੱਡ ਤੇ ਛਿੜਕਾਉਂਦਾ ਆ, ਤੇ ਇਹਦੀ ਟਕੇ ਦੀ ਛੱਡੀ ਗੈਸ ਮੇਰੇ ਹਜ਼ਾਰਾਂ ਦੇ ਛਿੜਕਾਏ ਇੱਧਰਾਂ ਤੇ ਭਾਰੀ ਪੈ ਜਾਂਦੀ ਆ। ਮੈਂ ਕਿਹਾ ਜੱਜ ਸਾਹਿਬ, ਮੇਰੀ ਬੇਨਤੀ ਆ, ਜੇ ਇਹਨੇ ਗੈਸ ਹੀ ਛੱਡਣੀ ਆ ਤੇ ਐਲ ਪੀ ਜੀ ਛੱਡੇ, ਬੰਦਾ ਦੋ ਚਾਰ ਸਿਲੰਡਰ ਹੀ ਭਰਾ ਲੈਂਦਾ। ਜੱਜ ਸਾਹਿਬ, ਆਰਡਰ 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 ਆਰਡਰ। ਜੱਜ ਸਾਹਿਬ, ਮੈਂ ਤੁਹਾਨੂੰ ਕੀ ਦੱਸਾਂ, ਮੈਨੂੰ ਤਾਂ ਸੁੱਤੇ ਨੂੰ ਏਦਾਂ ਫੀਲ ਹੋਣ ਡਿਆ ਹੁੰਦਾ ਜਿਵੇਂ ਮੈਂ ਘਰ 'ਚ ਨਹੀਂ ਸੁੱਤਾ, ਕਿਸੇ ਗੱਡੀ 'ਚ ਸੁੱਤਾ ਪਿਆ ਹੁੰਦਾ। ਜੱਜ ਸਾਹਿਬ, ਹੁਣ ਮੇਰੀ ਇੱਕ ਗੱਲ ਹੋਰ ਸੁਣਿਓ, ਹੁਣ ਤੁਸੀਂ ਇਹ ਦੇਖੋ, ਜਦੋਂ ਇਹ ਗੈਸ ਛੱਡਦੀ ਆ ਮੇਰੀ ਪਟਾਕੇ ਦੇ ਨੱਕ ਖੁੱਲ ਜਾਂਦੀ ਆ। ਹੁਣ ਤੁਸੀਂ ਦੱਸੋ ਜੱਜ ਸਾਹਿਬ, ਕਿ ਇਸ ਕਲੇਣੀ ਦਾ ਦੁੱਖ ਵੱਡਾ ਕਿ ਮੇਰਾ ਵੱਡਾ? ਨਾ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਆਪਦੀ ਜਨਾਨੀ ਨੂੰ ਇਹ ਬੋਲਦਾ ਹੈ? ਤੇਰੇ ਕਰਕੇ ਮੈਨੂੰ ਕਚਹਿਰੀ 'ਚ ਖੜਨਾ ਪੈਂਦਾ? ਤੇਰੇ ਕਰਕੇ ਆਇਆ ਮੋਟੋ, ਤੇਰੇ ਕਰਕੇ ਤੈਨੂੰ ਮੈਂ ਦੱਸਾਂ? ਚੁੱਪ ਕਰ, ਤੈਨੂੰ ਮੈਂ ਦੱਸੂ ਚੰਗੀ ਤਰ੍ਹਾਂ? ਕਰ ਮੂੰਹ ਬੰਦ। ਜੱਜ ਸਾਹਿਬ, ਗੈਸ ਮੇਰੇ ਹੱਥ 'ਚ ਥੋੜੀ ਹੈ, ਨਿਕਲ ਗਈ ਤਾਂ ਨਿਕਲ ਗਈ। ਤੇ ਮੋਟੋ, ਘਰਾੜੇ ਮੇਰੇ ਹੱਥ 'ਚ? ਜੱਜ ਸਾਹਿਬ, ਆਫਟਰ ਆਲ ਫੇਫੜੇ ਤਾਂ ਨਹੀਂ ਸਾੜਦੇ? ਕੀ ਮਜ਼ਾਕ ਬਣਾਇਆ ਹੋਇਆ ਤੁਸੀਂ? ਇੰਨੀਆਂ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਤੁਸੀਂ ਕੋਰਟ 'ਚ ਆ ਗਏ? ਉਹ ਕੁਛ ਬਰਦਾਸ਼ਤ ਕਰਨਾ ਵੀ ਸਿੱਖੋ। ਸ਼ਾਜੇ, ਮੇਰੇ ਕੋਲ ਇੱਕ ਸੋਲੂਸ਼ਨ ਹੈ, ਤੁਸੀਂ ਆਪਣੇ ਨੱਕ ਤੇ ਪੱਟੀ ਬੰਨ ਲਓ, ਖਰਾੜਿਆਂ ਦੀ ਆਵਾਜ਼ ਬੰਦ ਹੋ ਜਾਏਗੀ। ਕੈਮਿਸਟ ਕੋਲ ਮਿਲ ਜਾਏਗੀ ਪੱਟੀ, 100% ਰਿਜ਼ਲਟ ਪੱਕਾ, ਠੀਕ ਹੈ? ਜੱਜ ਸਾਹਿਬ, ਮੈਂ ਤੇ ਨੱਕ ਤੇ ਪੱਟੀ ਬੰਨ ਲਾਂਗਾ, ਇਹਨਾਂ ਦੀ ਗੈਸ ਰੋਕਣ ਦਾ ਵੀ ਕੋਈ ਸੋਲੂਸ਼ਨ ਲੱਭੋ। ਮੇਰਾ ਮਜ਼ਾਕ ਬਣਾਇਆ ਤੁਸੀਂ, ਤੁਹਾਨੂੰ ਸ਼ਰਮ ਨਹੀਂ ਆਉਂਦੀ?